वाहिगुरु जी का खालसा वाहिगुरु जी की फतेह। सतिकारयोग ट्रस्ट साहिबान, मैं तनवीर कौर पिंड बुरजहरी सिंह दी हाँ। मैं सरदार भरपूर सिंह पब्लिक सीनियर सैकेंडरी स्कूल तलवंडी राय विखे पढ़ती हाँ अते मैं आप जी के सामने एक साखी सुनाउणा चाहुंदी हाँ जिसका नाँ है वली कंधारी अत हंकारी। गुरु जी अते मरदाना बगदाद तो वापस मुड़ते हुए हिंदुस्तान विखे पुजे। उत्थे गुरु जी ने लोगों नूं नामदान दे गफ्फे बख्शते हुए अजिहे स्थान ते पुजे सन जिसका नाँ हसन अबदाल सी। हसन अबदाल पहाड़ दी ढलाणा हेठ वसिया होया सी। उत्थे ही एक वली कंधारी नाँ दा फकीर रहिंदा सी जो अपने जादू टूणिया करके बहुत प्रसिद्ध सी। अज दी रिहायश दे नेड़े ही एक चश्मा सी जिस विच सरोवर दा पाणी इकट्ठा हुंदा सी। अते जदों उस सरोवर दा पानी भर जांदा सी तां ओह वाधू पानी पहाड़ हेठां डिगण लग जांदा सी जिस तों लोक घड़े लिया के अपना पीण लई अपने वरतन लई पानी भर लैंदे सन। एक बार गुरु जी पहाड़ दी ओट विच बैठे सन। उत्थे गुरु जी ने मरदाने नूं रबाब बजाउण लई कहा अते आप एक इलाही शब्द गाउण लग गए। ਤਾਂ ਜਦੋਂ ਲੋਕਾਂ ਨੇ ਗੁਰੂ ਜੀ ਦਾ ਇਲਾਹੀ ਸ਼ਬਦ ਸੁਣਿਆ ਤਾਂ ਲੋਕ ਕੀਲੇ ਗਏ ਅਤੇ ਉਹ ਝੱਟ ਗੁਰੂ ਜੀ ਦੇ ਚਰਨੀ ਲੱਗ ਗਏ ਅਤੇ ਉਹ ਹਰ ਰੋਜ਼ ਗੁਰੂ ਜੀ ਦੇ ਸਤਸੰਗ ਦੇ ਵਿੱਚ ਇਕੱਤਰ ਹੁੰਦੇ ਸਨ। ਅਤੇ ਜਦੋਂ ਵਲੀ ਕੰਧਾਰੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਗੁੱਸੇ ਵਿੱਚ ਆ ਗਿਆ। ਉਸ ਨੇ ਲੋਕਾਂ ਨੂੰ ਸਬਕ ਸਿਖਾਉਣ ਦੇ ਲਈ ਜਿੱਥੋਂ ਪਾਣੀ ਆਉਂਦਾ ਸੀ ਉਸ ਢਲਾਣ ਤੋਂ ਪਾਣੀ ਰੋਕ ਦਿੱਤਾ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਘਾਟ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਸਨ। ਅਤੇ ਇੱਕ ਵਾਰ ਉੱਥੇ ਹੀ ਮਰਦਾਨੇ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਤਾਂ ਗੁਰੂ ਜੀ ਨੇ ਦੱਸਿਆ ਕਿ ਉੱਥੇ ਪਹਾੜ ਕੋਲ ਇੱਕ ਚਸ਼ਮਾ ਹੈ ਅਤੇ ਉਸਦਾ ਮਾਲਿਕ ਵਲੀ ਕੰਧਾਰੀ ਹੈ। ਜਦੋਂ ਮਰਦਾਨਾ ਉੱਥੇ ਜਾਏਗਾ ਤਾਂ ਵਲੀ ਕੰਧਾਰੀ ਉਸਨੂੰ ਪੀਣ ਲਈ ਪਾਣੀ ਜ਼ਰੂਰ ਦੇਵੇਗਾ। ਤਾਂ ਗੁਰੂ ਜੀ ਦੀ ਗੱਲ ਮੰਨਦਿਆਂ ਮਰਦਾਨਾ ਉੱਥੇ ਗਿਆ। ਉੱਥੇ ਉਸਨੇ ਵਲੀ ਕੰਧਾਰੀ ਨੂੰ ਕਿਹਾ ਕਿ ਉਸਨੂੰ ਘੁੱਟ ਪੀਣ ਲਈ ਪਾਣੀ ਚਾਹੀਦਾ ਹੈ। ਤਾਂ ਜਦੋਂ ਵਲੀ ਕੰਧਾਰੀ ਨੇ ਇਹ ਗੱਲ ਸੁਣੀ ਤਾਂ ਉਸਨੇ ਕੜਕ ਕੇ ਕਿਹਾ ਕਿ ਤੇ ਜਿਸਦਾ ਤੂੰ ਚੇਲਾ ਹੈ ਉਹ ਤੈਨੂੰ ਪਾਣੀ ਨਹੀਂ ਦੇ ਸਕਦਾ। ਤਾਂ ਜਦੋਂ ਮਰਦਾਨੇ ਨੇ ਇਹ ਗੱਲ ਸੁਣੀ ਤਾਂ ਉਹ ਗੁਰੂ ਜੀ ਪਾਸ ਆ ਬੈਠ ਗਿਆ। ਤਾਂ ਗੁਰੂ ਜੀ ਨੇ ਕਿਹਾ ਕਿ ਉਹ ਦੂਸਰੀ ਵਾਰ ਫਿਰ ਵਲੀ ਕੰਧਾਰੀ ਕੋਲ ਜਾਵੇ। ਤਾਂ ਜਦੋਂ ਮਰਦਾਨਾ ਦੂਸਰੀ ਵਾਰ ਵਲੀ ਕੰਧਾਰੀ ਕੋਲ ਗਿਆ ਤਾਂ ਵਲੀ ਕੰਧਾਰੀ ਨੇ ਫਿਰ ਉਸਨੂੰ ਉਸੇ ਤਰ੍ਹਾਂ ਹੀ ਨਿਰਾਸ਼ ਮੋੜ ਦਿੱਤਾ। ਅਤੇ ਫਿਰ ਗੁਰੂ ਜੀ ਨੇ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਇੱਕ ਵੱਡਾ ਪੱਥਰ ਉਖਾੜਨ। ਤਾਂ ਗੁਰੂ ਜੀ ਦੀ ਗੱਲ ਮੰਨਦਿਆਂ ਲੋਕਾਂ ਨੇ ਇੱਕ ਵੱਡਾ ਪੱਥਰ ਉਖਾੜਿਆ ਅਤੇ ਜਿਸ ਤੋਂ ਇੱਕ ਵੱਡਾ ਸੋਮਾ ਪਾਣੀ ਦਾ ਵਹਿ ਤੁਰਿਆ ਅਤੇ ਜਿਸ ਨਾਲ ਲੋਕਾਂ ਦੀ ਪਾਣੀ ਦੀ ਘਾਟ ਪੂਰੀ ਹੋਈ। ਅਤੇ ਵਲੀ ਕੰਧਾਰੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਗੁਰੂ ਜੀ ਨਾਲ ਇਸ ਗੱਲ ਦਾ ਸਬਕ ਸਿਖਾਉਣ ਦੇ ਲਈ ਇੱਕ ਵੱਡਾ ਪੱਥਰ ਰੇੜਿਆ। ਉਸਨੂੰ ਲੱਗਦਾ ਸੀ ਕਿ ਜਦੋਂ ਇਹ ਪੱਥਰ ਗੁਰੂ ਜੀ 'ਤੇ ਲੱਗੇਗਾ ਤਾਂ ਗੁਰੂ ਜੀ ਦੀ ਮੌਤ ਹੋ ਜਾਵੇਗੀ। ਪਰੰਤੂ ਜਦੋਂ ਉਹ ਪੱਥਰ ਗੁਰੂ ਜੀ ਦੇ ਕੋਲ ਆ ਰਿੜਿਆ ਤਾਂ ਗੁਰੂ ਜੀ ਨੇ ਆਪਣਾ ਹੱਥ ਦੇ ਕੇ ਉਸ ਪੱਥਰ ਨੂੰ ਉੱਥੇ ਹੀ ਰੋਕ ਦਿੱਤਾ ਅਤੇ ਉਸ ਪੱਥਰ ਦੇ ਉੱਤੇ ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਬਣ ਚੁੱਕਿਆ ਸੀ। ਅਤੇ ਜਦੋਂ ਪਿੰਡ ਦੇ ਲੋਕਾਂ ਨੂੰ ਗੁਰੂ ਜੀ ਦੀ ਕਰਾਮਾਤ ਦਾ ਪਤਾ ਲੱਗਿਆ ਤਾਂ ਉਹ ਝੱਟ ਗੁਰੂ ਜੀ ਦੇ ਚਰਨੀ ਆ ਲੱਗ ਗਏ। ਤਾਂ ਜਦੋਂ ਵਲੀ ਕੰਧਾਰੀ ਨੂੰ ਫਿਰ ਇਸ ਗੱਲ ਦਾ ਪਤਾ ਲੱਗਿਆ ਕਿ ਉਸਦਾ ਸਰੋਵਰ ਸੁੱਕ ਚੁੱਕਾ ਹੈ ਅਤੇ ਸਾਰਾ ਪਾਣੀ ਗੁਰੂ ਜੀ ਵੱਲ ਜਾ ਰਿਹਾ ਹੈ ਤਾਂ ਉਸਨੇ ਤਾਂ ਜਦੋਂ ਇਹ ਵੀ ਸੁਣਿਆ ਕਿ ਕਿਉਂਕਿ ਗੁਰੂ ਜੀ ਨੇ ਪੱਥਰ ਨੂੰ ਹੱਥ ਨਾਲ ਰੋਕ ਦਿੱਤਾ ਸੀ ਤਾਂ ਜਦੋਂ ਇਹ ਕਰਾਮਾਤ ਵਾਲੀ ਵਲੀ ਕੰਧਾਰੀ ਨੇ ਸੁਣਿਆ ਤਾਂ ਉਹ ਵੀ ਇੱਕਦਮ ਹੈਰਾਨ ਹੋ ਗਿਆ। ਤਾਂ ਉਹ ਵੀ ਗੁਰੂ ਜੀ ਦੇ ਚਰਨੀ ਲੱਗ ਗਿਆ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਕੋਲ ਗਿਆ। ਉਸਨੇ ਆਪਣੀ ਗਲਤੀ ਵੀ ਮੰਨੀ ਤਾਂ ਗੁਰੂ ਜੀ ਨੇ ਉਸਨੂੰ ਸਮਝਾਉਂਦਿਆਂ ਕਿਹਾ ਕਿ ਸਾਨੂੰ ਮੰਗਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਇੱਕ ਪਰਮਾਤਮਾ ਹੀ ਹੈ ਜੋ ਸਭ ਨੂੰ ਸਭ ਕੁਝ ਦਿੰਦਾ ਹੈ। ਤਾਂ ਇੱਕ ਪਰਮਾਤਮਾ ਦਾ ਹੀ ਪੱਲੇ ਨੂੰ ਫੜਨਾ ਚਾਹੀਦਾ ਹੈ ਜਿਸ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ। ਤਾਂ ਵਲੀ ਕੰਧਾਰੀ ਨੇ ਗੁਰੂ ਜੀ ਦੀਆਂ ਸਾਰੀਆਂ ਗੱਲਾਂ ਮੰਨੀਆਂ, ਉਹਨਾਂ ਦੇ ਆਦੇਸ਼ ਸੁਣੇ, ਉਹਨਾਂ ਦੀ ਸਿੱਖਿਆਵਾਂ 'ਤੇ ਅਮਲ ਵੀ ਕੀਤਾ। ਇਸ ਤਰ੍ਹਾਂ ਵਲੀ ਕੰਧਾਰੀ ਗੁਰੂ ਜੀ ਦਾ ਸਿੱਖ ਬਣ ਗਿਆ ਸੀ ਅਤੇ ਜਿਸ ਕਰਕੇ ਉਸਨੂੰ ਬਹੁਤ ਚੰਗਾ ਵੀ ਲੱਗ ਰਿਹਾ ਸੀ ਕਿਉਂਕਿ ਉਹ ਇੱਕ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ। ਅਤੇ ਜਿੱਥੇ ਗੁਰੂ ਜੀ ਨੇ ਹੱਥ ਨਾਲ ਉਸ ਪੱਥਰ ਨੂੰ ਰੋਕਿਆ ਸੀ ਉਸ ਪੱਥਰ ਦੇ ਉੱਤੇ ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਅਜੇ ਵੀ ਸਥਿਤ ਹੈ ਅਤੇ ਉਸ ਅਸਥਾਨ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਕੀਤਾ ਗਿਆ ਹੈ। ਇਹ ਸਾਖੀ ਸੀ ਵਲੀ ਕੰਧਾਰੀ ਅਤ ਹੰਕਾਰੀ। ਇਸ ਨਾਲ ਵਲੀ ਕੰਧਾਰੀ ਬਹੁਤ ਸ਼ਰਮਿੰਦਾ ਵੀ ਹੋਇਆ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਉਸਨੇ ਅਜਿਹੀ ਕਰਾਮਾਤ ਕੀਤੀ ਸੀ। ਤਾਂ ਇਸ ਤਰ੍ਹਾਂ ਵਲੀ ਕੰਧਾਰੀ ਗੁਰੂ ਜੀ ਦਾ ਸਿੱਖ ਬਣ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।